ਵਿਸ਼ੇਸ਼ ਅੱਜ ਦਾ ਜੋ ਆਕਰਸ਼ਣ ਹੈ ਝਾਕੀਆਂ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਵਿਸ਼ੇਸ਼ ਤੌਰ 'ਤੇ ਇਹਨਾਂ ਝਾਕੀਆਂ ਬਾਰੇ ਸਾਡੇ ਸਾਰਿਆਂ ਲਈ ਜੋ ਪੇਸ਼ਕਾਰੀਆਂ ਤਿਆਰ ਕਰਵਾਈਆਂ ਗਈਆਂ ਨੇ ਸਾਡੇ ਪੰਜਾਬ ਵਾਸੀਆਂ ਲਈ ਸਾਡੇ ਲੁਧਿਆਣਾ ਵਾਸੀਆਂ ਲਈ ਇਹ ਇੱਕ ਵਿਲੱਖਣ ਪਹਿਲਕਦਮੀ ਹੈ। ਇਹਨਾਂ ਝਾਕੀਆਂ ਵਿੱਚੋਂ ਧੜਕਦਾ ਪੰਜਾਬ, ਇਹਨਾਂ ਝਾਕੀਆਂ ਵਿੱਚੋਂ ਪੰਜਾਬ ਦੇ ਯੋਧੇ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਮਦਨ ਲਾਲ ਢੀਂਗਰਾ, ਸ਼ਹੀਦ ਸੁਖਦੇਵ, ਲਾਲਾ ਹਰਦਿਆਲ, ਸਰਦਾਰ ਅਜੀਤ ਸਿੰਘ, ਬਾਬਾ ਖੜਕ ਸਿੰਘ, ਇਨਕਲਾਬ ਜਿੰਦਾਬਾਦ, ਜਲਿਆਂਵਾਲਾ ਬਾਗ ਮਿੱਟੀ ਤੇ ਜਾਈ ਮਹਾਨ ਯੋਧਿਆਂ ਨੂੰ ਸਿੱਝਦਾ ਹੈ। ਇਹ ਝਾਕੀ ਭਾਰਤ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਵੱਲੋਂ ਪਾਏ ਅਹਿਮ ਯੋਗਦਾਨ ਨੂੰ ਦਰਸਾਉਂਦੀ ਹੈ। ਜੰਗ ਦੇ ਮੈਦਾਨ 'ਚ ਜਦ ਬੰਦੇ ਬੇਦਾਵਾ ਦੇ ਗਏ ਸਨ ਤਾਂ ਮਾਈ ਭਾਗੋ ਨੇ ਅਜਿਹੀ ਵੰਗਾਰ ਪਾਈ ਕਿ ਉਹ ਬੰਦੇ ਫਿਰ ਉਸੇ ਮੈਦਾਨ ਵਿੱਚ ਜੂਝੇ ਅਤੇ ਇਤਿਹਾਸ 'ਚ 40 ਮੁਕਤਿਆਂ ਦੇ ਨਾਂ ਨਾਲ ਜਾਣੇ ਗਏ। ਇਹ ਸਾਰੀ ਕਰਾਮਾਤ ਮਾਈ ਭਾਗੋ ਦੇ ਬੋਲਾਂ ਦੀ ਸੀ ਜਿਨ੍ਹਾਂ ਨੇ ਬਿਦਾਵੇ ਨੂੰ ਦੁਨੀਆ ਦੇ ਸਭ ਤੋਂ ਵੱਡੇ ਦਾਅਵੇ 'ਚ ਬਦਲ ਦਿੱਤਾ। ਨਾਰੀ ਸ਼ਕਤੀ ਦੀ ਸੰਕੇਤ ਇਹ ਝਾਕੀ ਦੁਨੀਆ ਦੀਆਂ ਉਹਨਾਂ ਤਮਾਮ ਔਰਤਾਂ ਨੂੰ ਸਮਰਪਿਤ ਹੈ ਜਿਨ੍ਹਾਂ ਦੇ ਹੌਸਲੇ ਅਤੇ ਜਜ਼ਬੇ ਸਦਕਾ ਇਤਿਹਾਸ ਸਿਰਜੇ ਗਏ। ਕਿਸੇ ਵੀ ਸੂਬੇ ਨੂੰ ਖਾਸ ਬਣਾਉਂਦਾ ਹੈ ਉੱਥੋਂ ਦਾ ਸੱਭਿਆਚਾਰ ਅਤੇ ਵਿਰਸਾ। ਇਸ ਵੇਲੇ ਤੁਸੀਂ ਪੰਜਾਬ ਦੀ ਅਮੀਰ ਵਿਰਾਸਤ ਦੀ ਝਲਕ ਪੇਸ਼ ਕਰਦੀ ਹੋਈ ਝਾਕੀ ਵੇਖ ਰਹੇ ਹੋ। ਸੱਭਿਆਚਾਰ ਦਾ ਵਿਸ਼ੇਸ਼ ਅੰਗ ਪਹਿਰਾਵਾ ਅਤੇ ਪੰਜਾਬ ਦਾ ਪਹਿਰਾਵਾ ਫੁਲਕਾਰੀ ਤੋਂ ਬਿਨਾਂ ਅਧੂਰਾ ਹੈ। ਬਹੁਤ ਹੀ ਖੂਬਸੂਰਤ ਝਾਕੀਆਂ ਪੰਜਾਬ ਦੀ ਵਿਰਾਸਤ, ਪੰਜਾਬ ਦਾ ਗੌਰਵ,